ਅੰਮ੍ਰਿਤਸਰ ਦੇ ਅਲਬਰਟ ਰੋਡ ਤੇ ਸਥਿਤ ਇੱਕ ਪੈਲਸ ਦੇ ਮਾਲਕ ਨੇ ਕਾਂਗਰਸ ਦੇ ਦੋ ਵਿਧਾਇਕਾਂ ਤੇ ਪੈਲਸ ਹੜੱਪਣ ਦੇ ਦੋਸ਼ ਲਗਾਏ ਨੇ। ਪੈਲਸ ਮਾਲਕ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪਹਿਲਾਂ ਅਕਾਲੀ ਨੇਤਾਵਾਂ ਵੱਲੋਂ ਪੈਲਸ ਤੇ ਕਬਜ਼ੇ ਨੂੰ ਲੈ ਕੇ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਹੁਣ ਕਾਂਗਰਸ ਨੇਤਾਵਾਂ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਬਟ ਬੜੇ ਅਫਸੋਸ ਨਾਲ ਮੈਂ ਗੱਲ ਕਹਿ ਰਿਹਾ ਬਈ ਅਜੇ 25-30 ਦਿਨ ਹੋਏ ਨੇ ਤੇ ਮੈਨੂੰ ਕਾਂਗਰਸ ਪਾਰਟੀ ਦੇ ਨੇਤਾਗਣ ਵੱਲੋਂ ਇੰਨਾ ਹਰਾਸਮੈਂਟ ਕੀਤਾ ਜਾ ਰਿਹਾ ਹੈ ਵੀ ਜਾਂ ਆਪਣਾ ਪੈਲਸ ਲੀਜ਼ ਤੇ ਦੇ ਦੇ ਜਾਂ ਕਿਰਾਏ ਤੇ ਦੇ ਦੇ ਤੇ ਜਾਂ ਆਪਣਾ ਪੈਲਸ ਸਾਨੂੰ ਸੇਲ ਕਰ ਦੇ। ਜੇ ਨਹੀਂ ਕਰੇਗਾ ਤੇ ਇਹਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਹੋ ਜਾ। ਇੱਕ ਅੰਗਦ ਕੁਮਾਰ ਹੈਗਾ ਜੀ ਨਵੇਂ ਸ਼ਹਿਰ ਤੋਂ ਜਿਹਨੇ ਗਲੀ ਦਾ ਕਬਜ਼ਾ ਗੇਟ ਤੇ ਖੁਦ ਕੋਲ ਖਲੋ ਕੇ ਕਰਾਇਆ ਜੀ, ਅੰਗਦ ਸਿੰਘ ਸੈਣੀ। ਉਹ ਦੂਸਰਾ ਸਾਡਾ ਅੰਮ੍ਰਿਤਸਰ ਦਾ MLA ਮਿਸਟਰ ਸੁਨੀਲ ਦੱਤੀ ਜਿਹੜਾ ਕਿ ਬਹੁਤਾ ਇੰਟਰਫੀਰੈਂਸ ਕਰ ਰਿਹਾ ਜੀ। ਪੈਲਸ ਮਾਲਕ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਕੁਝ ਵੀ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਉਹਨਾਂ ਕਾਂਗਰਸ ਦੇ ਵਿਧਾਇਕਾਂ ਦੀ ਹੀ ਹੋਵੇਗੀ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ TV।